ਆਪਾ ਹਰੀਕੇਨ ਇਆਨ ਦੀ ਜੋ ਤਵਾਹੀ ਮਚਾਈ ਆ ਫਲੋਰੀਡਾ ਦੇ ਵਿੱਚ 47 ਬਿਲੀਅਨ ਡਾਲਰ ਦਾ ਨੁਕਸਾਨ ਪ੍ਰਾਪਰਟੀ ਦਾ ਹੋਇਆ ਬੀ ਲਾਈਕ ਬਿਲੀਅਨ ਸੋ ਇਹ ਸਾਰੀ ਖਬਰ ਸਾਂਝੀ ਕਰਨ ਤੋਂ ਪਹਿਲਾਂ ਇੱਕ ਪੋਜ਼ਿਟਿਵ ਖਬਰ ਸਾਂਝੀ ਕਰਦੇ ਜਾਈਏ ਕਿ ਦੁਨੀਆ ਦੇ ਵਿੱਚ ਬਹੁਤ ਲੋਕ ਇਦਾਂ ਦੇ ਵੀ ਆ ਜਿਹੜੇ ਅੱਜ ਦੀ ਰੇਟ ਦੇ ਵਿੱਚ ਵੀ ਹੋਰ ਲੋਕਾਂ ਦੀ ਹੈਲਪ ਕਰਨਾ ਚਾਹਦੇ ਹੈਗੇ ਆ ਕਹਿੰਦੇ ਵੀ 84 ਸਾਲਾਂ ਦੀ ਇੱਕ ਬਜ਼ੁਰਗ ਔਰਤ ਫਲੋਰੀਡਾ ਦੇ ਵਿੱਚ ਆਪਣੇ ਘਰ ਦੇ ਵਿੱਚ ਹੀ ਕਸ ਗਈ ਤੇ ਨਾ ਤਾਂ ਉਹਦਾ ਫੋਨ ਚੱਲਦਾ ਸੀ ਤੇ ਨਾ ਹੀ ਘਰ ਦੀ ਜਿਹੜੀ ਲੈਂਡ ਲਾਈਨ ਵਾਲਾ ਫੋਨ ਸੀ ਨਾ ਹੀ ਸੈੱਲ ਫੋਨ ਤੇ ਉਸ ਦੀ ਕੁੜੀ ਜੋ ਕਿ ਲਾਸ ਵੈਗਸ ਦੇ ਵਿੱਚ ਰਹਿੰਦੀ ਆ 크੍ਰਿਸਚੀਅਨ ਬੌਮਲੇਜ਼ ਉਸ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਵੀ ਕੋਈ ਮੇਰੀ ਮਦਰ ਨੂੰ ਜਾ ਕੇ ਦੇਖ ਸਕਦਾ ਆ ਜਾਂ ਬਚਾ ਸਕਦਾ ਹੈਗਾ ਸੋ ਸੋਸ਼ਲ ਮੀਡੀਆ ਦੀ ਇਹ ਪੋਸਟ ਦੇਖ ਕੇ ਇੱਕ ਗੁੱਡ ਸਮਾਰਟਨ ਇੱਕ ਜਿਹੜੇ ਵਧੀਆ ਲੋਕ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਉਹ ਉਸ ਦੇ ਘਰ ਗਏ ਉਹਨੇ ਜਾ ਕੇ ਦੇਖਿਆ ਭਈ 84 ਸਾਲਾਂ ਦੀ ਔਰਤ ਘਰ ਦੇ ਵਿੱਚ ਆਪਣੇ ਬੈਠੀ ਸੀ ਤੇ ਬੜੀ ਉਹ ਸਰਪ੍ਰਾਈਜ਼ ਹੋਈ ਦੇਖ ਕੇ ਤੇ ਉਹਦੇ ਘਰ ਦੇ ਉੱਤੇ ਇੱਕ ਪਾਮ ਟਰੀ ਵੀ ਡਿਗਿਆ ਹੋਇਆ ਸੀ ਰੂਫ ਉਡੀ ਹੋਈ ਸੀ ਤੇ ਸਭ ਤੋਂ ਪਹਿਲਾਂ ਤਾਂ ਜੋ ਇਹ ਗੁੱਡ ਸਮਾਰਟਿਅਨ ਸੀ ਉਸਨੇ ਉਸ ਦੀ ਬੇਟੀ ਦੇ ਨਾਲ ਜੋ ਲਾਸ ਵੈਗਸ ਦੇ ਵਿੱਚ ਏਡੀ ਦੂਰ ਸੀ ਉਹਦੇ ਨਾਲ ਗੱਲਬਾਤ ਕਰਾਈ ਸ਼ੈਨੇ ਪ੍ਰਾਈਵੇਟ 26 ਸਾਲਾਂ ਦੇ ਤੇ ਉਹ ਕਹਿੰਦੀ ਵੀ ਉਸਨੇ ਦੱਸਿਆ ਵੀ ਮੇਰਾ ਖੋਦਾਕਰ ਇਸ ਤੂਫਾਨ ਦੇ ਵਿੱਚ ਉੱਡ ਗਿਆ ਹੈਗਾ ਤੇ ਸਾਡੇ ਕੋਲ ਹੁਣ ਰਹਿਣ ਲਈ ਜਗ੍ਹਾ ਨਹੀਂ ਤੇ ਅਸੀਂ ਇੱਥੋਂ ਬਾਰ ਦੂਸਰੀ ਸਾਈਡ ਜਾਣਾ ਹੈਗਾ ਕਿਉਂਕਿ ਉਹ ਛੋਟਾ ਜਿਹਾ ਆਈਲੈਂਡ ਵੀ ਸੀਗਾ ਕਿਉਂਕਿ ਆਲੇ ਦੁਆਲੇ ਸਾਰੇ ਪਾਣੀ ਸੀ ਉਹ ਜਿੰਨੇ ਵੀ ਘਰ ਸੀਗੇ ਉਹਨਾਂ ਦੇ ਸੋ ਉਹਨਾਂ ਨੇ ਉਸ ਬਜ਼ੁਰਗ ਔਰਤ ਨੂੰ ਨਾਲ ਜਾ ਕੇ ਬੋਟ ਦੇ ਵਿੱਚ ਦੂਸਰੀ ਸਾਈਡ ਲਗਾ ਜਿੱਥੇ ਪਾਣੀ ਘੱਟ ਸੀ ਤੇ ਬਿਲਕੁਲ ਸਹੀ ਜਗ੍ਹਾ ਦੇ ਉੱਤੇ ਪਹੁੰਚਾ ਦਿੱਤਾ ਸੋ ਬੌਮਲੇਜ਼ ਜੋ ਲਾਸੋ ਅਗਸਟ ਦੇ ਵਿੱਚ ਰਹਿੰਦੀ ਆ ਉਸਨੇ ਕਹਿੰਦੀ ਵੀ ਮੈਂ ਇਹ ਇੱਕ ਅਣਜਾਣ ਬੰਦਾ ਜਿਹੜਾ ਸਟ੍ਰੇਂਜਰ ਸੀ ਉਹਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਇਦਾਂ ਦੇ ਲੋਕ ਵੀ ਦੁਨੀਆ ਦੇ ਵਿੱਚ ਹੈਗੇ ਆ ਜਿਨ੍ਹਾਂ ਨੇ ਸੋਸ਼ਲ ਮੀਡੀਆ 'ਚ ਦੇਖਿਆ ਵੀ ਇੱਕ ਬਜ਼ੁਰਗ ਔਰਤ ਆ ਆਲੇ ਦੁਆਲੇ ਸਾਰਾ ਘਰ ਉਹਦਾ ਪਾਣੀ ਚਾਹ ਲਗੇ ਬੋਟ 'ਚ ਜਾਣਾ ਪਿਆ ਉਹਨਾਂ ਨੂੰ ਉਸ ਬਜ਼ੁਰਗ ਔਰਤ ਦੇ ਘਰ ਤੇ ਜੇ ਉਹ ਨਾ ਜਾ ਸਕਦੇ ਤਾਂ ਸ਼ਾਇਦ ਉਹ ਬਜ਼ੁਰਗ ਔਰਤ ਦੀ ਮੌਤ ਵੀ ਹੋ ਜਾਂਦੀ ਫਿਊਚਰ ਚ ਕਿਉਂਕਿ ਕੋਈ ਫੋਨ ਨਹੀਂ ਕੋਈ ਕੋਸ਼ ਨਹੀਂ ਉਹ ਉੱਥੋਂ ਨਿਕਲ ਨਹੀਂ ਸਕੀ ਕਹਿੰਦੇ ਵੀ ਜਿਹੜੇ ਪਹਿਲਾਂ ਉਹਨਾਂ ਨੇ ਪੁਲਿਸ ਨੇ ਵੀ ਕਾਲਸ ਕੀਤੀਆਂ ਸੀਆਂ ਉਹ ਸਮ ਹਾਉ ਮਿਸ ਕਰ ਗਏ ਵੀ ਉਸ ਨੂੰ ਉਥੋਂ ਲਿਜਾ ਨਹੀਂ ਸਕੇ ਸੋ ਬਹੁਤ ਹੀ ਵਧੀਆ ਖਬਰ ਇਹ ਫਲੋਰੀਡਾ ਤੋਂ ਆਈ ਆ ਵੀ ਇੱਕ ਬਜ਼ੁਰਗ ਔਰਤ ਨੂੰ ਕਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਖਬਰ ਦੇਖ ਕੇ ਇੱਕ ਉਸ ਪਰਿਵਾਰ ਨੇ ਬਚਾਇਆ ਜਿਸ ਦਾ ਖੁਰਦਾ ਖੋਦਾ ਘਰ ਇਸ ਤੂਫਾਨ ਦੇ ਵਿੱਚ ਉੱਡ ਗਿਆ ਜੀ ਅਜੇ ਹੀ ਡਾਰਕ ਟਾਈਮ ਦੇ ਉੱਤੇ ਇਦਾਂ ਦੀਆਂ ਪੋਜ਼ਿਟਿਵ ਨਿਊਜ਼ ਇਦਾਂ ਦੀਆਂ ਚੰਗੀਆਂ ਖਬਰਾਂ ਇੱਕ ਦੂਜੇ ਦੀ ਮਦਦ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹ ਉਤਸ਼ਾਹ ਵੀ ਵਧਾਉਂਦੀਆਂ ਤੇ ਲੋਕਾਂ ਦਾ ਇੱਕ ਦੂਜੇ ਦੇ ਪ੍ਰਤੀ ਪਿਆਰ ਪ੍ਰੇਮ ਇਤਿਫਾਕ ਜਿਹੜਾ ਆ ਉਹ ਵੀ ਜਿਹੜੀਆਂ ਉਹ ਦਰਸਾਉਂਦੀਆਂ ਆ